ਪਿਕ ਕੀਤਾ ਕੇ ਨਹੀਂ ਕੀਤਾ? ਨਹੀਂ ਕੀਤਾ ਜੀ, ਨਾ ਹੀ ਕਰਨਾ। ਹਾਏ ਕਰਦੇ, ਤੈਨੂੰ ਦੂਰ ਭੇਜਣ ਲੱਗੇ ਮੈਨੂੰ ਹੁਣੇ ਇਹਨੂੰ ਰਿਲੀਵ ਕਰ, ਕਰਦੇ ਕਲਿੱਕ। ਕੌਣ ਕਹਿੰਦਾ ਜੀ? ਮਦਨ ਮੈਨੂੰ ਕਹਿੰਦਾ ਹੁਣੇ ਰਿਲੀਵ ਕਰੋ ਉਹਨੂੰ, ਮੈਂ ਨੀ ਕਰਨਾ। ਨਹੀਂ ਨਹੀਂ ਮੈਨੂੰ ਫੋਨ ਆਏਗਾ ਤਾਂ ਮੈਂ ਕਹਿ ਦਾਂਗਾ ਜੀ, ਮੈਂ ਤਾਂ ਜੱਜਾ ਨੂੰ ਮੈਡਮ ਨੇ ਕਿਹਾ ਜੀ। ਕੋਈ ਗੱਲ ਨੀ ਜੀ, ਕੁਛ ਨੀ ਹੁੰਦਾ, ਇਹ ਐਵੇਂ ਡਰਾਈ ਜਾਂਦੇ ਆ ਜੀ, ਮੈਂ ਤਾਂ ਕਲਿੱਕ ਨੀ ਕਰਨਾ। ਚੱਲ ਠੀਕ, ਮੈਂ ਦੱਸਣਾ ਸੀ। ਹਾਂਜੀ ਹਾਂਜੀ, ਤੁਸੀਂ ਦੇ ਦਿਓ ਰਿਪੋਰਟ ਆਪਦੀ, ਮੈਂ ਕਲਿੱਕ ਨੀ ਕਰਨੀ। ਨਹੀਂ ਨਹੀਂ ਉਹ ਕਹਿੰਦਾ ਲੀਵ ਕਰੋ, ਹੁਣੇ ਆਵੇਗਾ ਮੈਨੂੰ ਅੱਜ ਕਹਿੰਦਾ। ਅੱਛਾ ਜੀ, ਹੁਣੇ ਹੁਣੇ ਭੇਜੋ ਹੁਣੇ ਜਿੱਥੇ ਹੋਣਗੇ। ਕੋਈ ਗੱਲ ਨੀ, ਠੀਕ ਹੈ ਠੀਕ ਹੈ। ਕੀਤਾ ਕੇ ਨਹੀਂ ਕੀਤਾ? ਨਹੀਂ ਕੀਤਾ ਜੀ, ਨਾ ਹੀ ਕਰਨਾ। ਹਾਏ ਕਰਦੇ, ਤੈਨੂੰ ਦੂਰ ਭੇਜਣ ਲੱਗੇ ਮੈਨੂੰ ਕਹਿੰਦਾ ਹੁਣੇ ਇਹਨੂੰ ਰਿਲੀਵ ਕਰ, ਕਰਦੇ ਕਲਿੱਕ। ਕੌਣ ਕਹਿੰਦਾ ਜੀ? ਮਦਨ ਮੈਨੂੰ ਕਹਿੰਦਾ ਹੁਣੇ ਰਿਲੀਵ ਕਰੋ ਉਹਨੂੰ, ਆਰਡਰ ਆ ਜਾਣੇ ਹੁਣੇ। ਕੋਈ ਗੱਲ ਨੀ ਜੀ, ਜਿੱਥੇ ਮਰਜ਼ੀ ਕਰ ਦੇਣਾ, ਜਿੱਥੇ ਮਰਜ਼ੀ ਪਾਕਿਸਤਾਨ ਤੋਂ ਭੇਜਣ ਰਹਿ। ਉਹ ਮੈਨੂੰ ਕਹਿੰਦਾ ਹੁਣੇ ਰਿਲੀਵ ਕਰਨਾ ਪੈਣਾ ਤੈਨੂੰ ਹੁਣੇ। ਕਹਿੰਦੇ ਜੀ ਬੀਪੀਓ ਸਰ ਨੇ ਕਿਹਾ ਜੀ ਆਪਣੇ ਨੇ? ਹਾਂ ਮਦਨ ਮੋਹਨ ਜੀ ਨੇ। ਹਾਂ ਅੱਛਾ ਜੀ, ਕੋਈ ਗੱਲ ਨੀ ਜੀ, ਮੈਂ ਕਲਿੱਕ ਨੀ ਕਰਨਾ ਜੀ। ਚਲ ਹੁਣ ਮੈਂ ਤੈਨੂੰ ਕਿਹਾ, ਮੈਂ ਕਿਹਾ ਹੁਣ ਕੀਤਾ ਆ ਤੂੰ, ਮੈਂ ਤਾਂ ਮਦਨ ਨੂੰ ਕਹਿ ਦਿੱਤਾ ਕਿ ਮੈਂ ਨੀ ਕਰਨਾ। ਨਹੀਂ ਨਹੀਂ ਮੈਨੂੰ ਫੋਨ ਆਏਗਾ ਤਾਂ ਮੈਂ ਕਹਿ ਦਾਂਗਾ ਜੀ, ਮੈਂ ਤਾਂ ਜੱਜਾ ਨੂੰ ਮੈਡਮ ਨੇ ਕਿਹਾ ਜੀ ਕਰੇਗਾ। ਤੇ ਜਨੀਤਾ ਕਰਵਾ ਪੈ ਜੇ। ਕੋਈ ਗੱਲ ਨੀ ਜੀ, ਕੁਛ ਨੀ ਹੁੰਦਾ, ਇਹ ਐਵੇਂ ਡਰਾਈ ਜਾਂਦੇ ਆ ਜੀ, ਮੈਂ ਤਾਂ ਕਲਿੱਕ ਨੀ ਕਰਨਾ। ਚਲ ਠੀਕ, ਮੈਂ ਦੱਸਣਾ ਸੀ। ਹਾਂਜੀ ਹਾਂਜੀ, ਤੁਸੀਂ ਦੇ ਦਿਓ ਰਿਪੋਰਟ ਆਪਦੀ, ਮੈਂ ਕਲਿੱਕ ਨੀ ਕਰਨੀ। ਨਹੀਂ ਨਹੀਂ ਉਹ ਕਹਿੰਦਾ ਲੀਵ ਕਰੋ, ਹੁਣੇ ਆਵੇਗਾ ਮੈਨੂੰ ਅੱਜ ਕਹਿੰਦਾ। ਅੱਛਾ ਜੀ, ਹੁਣੇ ਹੁਣੇ ਭੇਜੋ ਹੁਣੇ ਜਿੱਥੇ ਆਉਣਗੇ। ਕੋਈ ਗੱਲ ਨੀ, ਠੀਕ ਹੈ ਠੀਕ ਹੈ।